ਸਤਿ ਸ੍ਰੀ ਅਕਾਲ ਵੀਰ ਜੀ, ਮੈਂ ਥਾਰਾ ਗੱਲਾਂ ਗਲਾਕੜ ਪਰਮਜੀਤ ਲਾਡਾ। ਆਰ ਵੀਰ ਅੱਜ ਦੀਆਂ ਬੜੀਆਂ ਖਬਰਾਂ ਲੈ ਕੇ ਹਾਜ਼ਰ ਹੋ ਲਿਆ ਵੀਰ। ਆਰ ਵੀਰ ਅੱਜ ਬੜੀ ਖਬਰ ਜਿਹੜੀ ਨਿਕਲ ਕੇ ਰਹੀ, ਕੈਪਟਨ ਅਮਰਿੰਦਰ ਸਿੰਘ 78 ਸਾਲ ਦਾ ਹੋ ਗਿਆ। ਰਾਹੁਲ ਗਾਂਧੀ ਨੇ ਦਈਆਂ ਮੁਬਾਰਕਾਂ। ਡਰੱਗ ਫੈਕਟਰੀ ਮਾਮਲੇ ਮਾਂ STF ਨੇ 14 ਬੰਦੇ ਚਾਕਾ ਕਰੇ ਅੰਦਰ। ਪੰਜਾਬ ਦੇ ਵਿੱਚ ਮਾਂ ਈਵਟੂ ਅੱਟ ਬਾਈ ਖਾਤਰ ਯੋ ਟਰੈਕਟਰ ਟਰੈਲੀਆਂ ਪਰ ਲੱਗੇਗੀ ਪਾਬੰਦੀ। ਬੇਰੁਜ਼ਗਾਰ ਅਧਿਆਪਕਾਂ ਹਮਲੇ ਪਾ, ਅੱਜ ਬਿਆਨ ਆਇਆ ਸੁਖਬੀਰ ਬਾਦਲ ਦਾ। ਫਗਵਾੜਾ ਗੋਲੀ ਕਾਂਡ ਦੇ ਵਿੱਚ ਮੈਂ ਚੱਕਾ ਇੱਕ ਕਲਾਕਾਰ ਦੀਆ ਅੰਦਰ। ਔਰ ਲੁਧਿਆਣੇ ਦੇ ਵਿੱਚ ਮੈਂ ਸੀਮਰ ਬੈਂਸ ਨੇ ਇੱਕ ਵਾਰ ਫਿਰ ਕਨੈਕਸ਼ਨ ਜੋੜ ਤੇ ਲੈਟ ਕੇ। ਔਰ ਡਾਕਟਰ ਧਰਮਵੀਰ ਗਾਂਧੀ ਕਹਿ ਰਿਹਾ ਇਹੋ ਸ਼ਰਤ ਮੇਰੀ ਮੰਨ ਲਿਓ, ਆ ਜਾਵਾਂਗਾ ਝਾੜੂ ਵਾਲੀ ਪਾਰਟੀ ਮੈਂ। ਇਹੋ ਵੀਰ ਹੋਰ ਵੀ ਬਹੁਤ ਬੜੀਆਂ ਬੜੀਆਂ ਖਬਰਾਂ। ਪਹਿਲਾਂ ਬੜੀ ਖਬਰ ਕੇ ਉੱਪਰ ਆਪਾਂ ਕਰਾਂ ਗੱਲਬਾਤ। ਇਹੋ ਕਹਿ ਲਓ ਵੀ ਕੈਪਟਨ ਅਮਰਿੰਦਰ, ਇਹੋ ਪਟਿਆਲੇ ਵਾਲਾ ਰਾਜਾ, ਇਹੋ ਰਾਜਾ ਵੀਰ 78 ਸਾਲ ਦਾ ਹੋ ਗਿਆ, 78 ਈਅਰਸ ਓਲਡ। ਇਹੋ ਕਹਿ ਲਓ 78 ਸਾਲ ਦਾ ਹੋ ਗਿਆ ਬਜ਼ੁਰਗ। ਇਹੋ ਮਤਲਬ ਕਹਿ ਲਿਓ ਅੱਜ ਜਨਮਦਿਨ ਰਾਜੇ ਦਾ। ਅੱਜ ਰਾਜੇ ਦੇ ਜਨਮਦਿਨ ਕੇ ਉੱਪਰ ਸਾਰਿਆਂ ਨੇ ਇਹੋ ਵਧਾਈਆਂ ਦਈਆਂ। ਕੋਈ ਦਿੱਲੀ 'ਤੇ ਦੇ ਰਿਹਾ ਵਧਾਈ, ਕੋਈ ਰਾਜਸਥਾਨ 'ਤੇ ਦੇ ਰਿਹਾ, ਕੋਈ ਵਧਾਈ ਦੇ ਰਿਹਾ ਸ਼੍ਰੀਲੰਕਾ 'ਤੇ, ਕੋਈ ਦੇ ਰਿਹਾ ਪਾਕਿਸਤਾਨ 'ਤੇ। ਇਹੋ ਕਹਿ ਲਓ ਵੀ ਜਿਵੇਂ ਇਹੋ ਮਾਰਕਵਾਦਾਂ ਚੱਲ ਰਹੀਆਂ ਅੱਜ ਤੋਂ, ਮੈਨੂੰ ਨਿਊ ਲੱਗ ਰਿਹਾ ਸੀਸਮਾਂ ਵਾਲੇ ਫਾਰਮ ਕੇ ਵਿੱਚ ਮੈਂ ਕੇਕ ਕੱਟੇਂਗੇ। ਪਹਿਲਾਂ ਤਾਂ ਉਹ ਪਿਛਲੀ ਵਾਰ ਤੋਂ ਸ਼ਿਮਲੇ ਗਏ ਤੇ ਕੇਕ ਕੱਟਣ, ਕੀ ਪਤਾ ਨਹੀਂ ਨਾ ਪਿਛਲੀ ਵਾਰ ਸ਼ਿਮਲੇ ਪਤਾ ਨਹੀਂ ਔਰ ਉਸਾ ਗਾ ਕੀ ਕੱਟਣ ਗਏ ਤੇ। ਇਹੋ ਨਹੀਂ ਮੈਨੂੰ ਪਤਾ ਵੀਰ ਕੇਕ ਕੱਟੇਂਗਾ ਜ਼ਰੂਰ, ਕਿਉਂਕਿ ਵੀਰ ਤੁਹਾਨੂੰ ਪਤਾ ਵੀ ਰਾਜੇ ਰਜਵਾੜੇ ਤੋਂ ਇਹੋ ਇੰਜੋਇਮੈਂਟ ਬਹੁਤ ਕਰਾਂ ਵੀਰ। ਇਸੀ ਕਰਕੇ ਰਾਜਾ ਅੱਜ ਪਤਾ ਇਹੋ ਪਤਾ ਨਹੀਂ ਕਿਹੜੇ ਪਾਸਾ ਮਨਾਵੇਗਾ ਜਨਮਦਿਨ। ਔਰ ਖਾਸ ਖਾਸ ਬੰਦਿਆਂ ਨੂੰ ਅੱਜ ਫੇਰ ਇਨਵੀਟੇਸ਼ਨ ਆਵੇਗਾ, ਜਿਹੜੇ ਖਾਸ ਖਾਸ ਬੰਦੇ ਇਹੋ ਰਾਜੇ ਦੇ ਦਰਬਾਰ ਮਾਂ ਹਾਜ਼ਰ ਹੋਏਗੇ ਕੇਕ ਖਾਣ ਖਾਤਰ। ਅਰ ਇਹਨਾਂ ਨੂੰ ਕੇਕ ਖੜਾਏਗਾ ਰਾਜਾ। ਅਰ ਵੀਰ ਇਹੋ ਕਹਿ ਲਓ ਵੀ ਉੱਥਾ ਰਾਹੁਲ ਗਾਂਧੀ ਸੋਨੀਆ ਗਾਂਧੀ ਦਾ ਛੋਕਰਾ, ਇਸਨੇ ਵੀ ਮੁਬਾਰਕਬਾਦ ਦੇਈ ਕਹਾ ਅੰਕਲ ਜੀ ਬਹੁਤ ਬਹੁਤ ਮੁਬਾਰਕਾਂ, ਥੰਮ 78 ਸਾਲ ਕੇ ਹੋ ਗਏ, ਸਾਨੂੰ ਜਨਮਦਿਨ ਕੀਆਂ ਬਹੁਤ ਬਹੁਤ ਮੁਬਾਰਕਾਂ। ਆਰ ਵੀਰ ਇਸਕੇ ਗੈਲ ਗੈਲ ਰਾਜਨੀਤਿਕ ਪਾਰਟੀ ਵਾਲਿਆਂ ਨੇ ਵੀ ਉਹ ਰਾਜੇ ਨੂੰ ਵਧਾਈਆਂ ਦਈਆਂ, ਕਹਿ ਰਹੇ ਵੀਰ 78 ਸਾਲ ਦਾ ਹੋ ਗਿਆ, ਆਖਰੀ ਵਾਰ ਇਹ ਮਤਲਬ ਇਹ ਵੋਟਾਂ ਲੜਦੀਆਂ ਫਿਰ ਤੋਂ ਅੱਗਾ। ਰਾਜਾ ਕਹਿ ਰਿਹਾ ਤਾ 78 ਇਹ ਮਤਲਬ 78 ਹੋ ਗਿਆ, 80 ਸਾਲ ਦਾ ਹੋ ਜਾਏਗਾ ਜਾਂ 2 ਸਾਲ ਰਹਿ ਗਏ, 80 ਸਾਲ ਮੈਂ ਜਾ ਕੇ। ਰਾਜਾ ਕਹਿ ਰਿਹਾ ਤਾ ਮੈਂ ਜਾ ਕੇ ਛੱਡ ਦਿਆਂਗਾ ਰਾਜਨੀਤੀ ਵੀਰ। ਇਹ ਕਹਿ ਲਓ ਵੀ ਅੱਜ ਪਤਾ ਨਹੀਂ ਸਿੱਧੂ ਮੁਬਾਰਕਬਾਦ ਰਾਜੇ ਨੂੰ ਦੇਵੇਗਾ ਕਿ ਨਹੀਂ ਦੇਵੇਗਾ, ਪਰ ਪਤਾ ਨਹੀਂ ਸਿੱਧੂ ਨੂੰ ਪੈਟੀ 'ਚ ਖਿਲਾਉਣ ਵਾਸਤਾ ਔਰ ਕੇਕ ਖਿਲਾਉਣ ਵਾਸਤਾ ਰਾਜਾ ਬੁਲਾਵੇਗਾ ਕਿ ਨਹੀਂ ਬੁਲਾਵੇਗਾ। ਯੂ ਵਿਰੁੱਧ ਚਿੱਟੀ ਬਣ ਰਹੀ ਹਾਲੇ ਤੱਕ, ਚਲੋ ਖੈਰ। ਪਰ ਵੀਰ ਉੱਧਰ ਪਟਿਆਲੇ ਦੇ ਬੜੀ ਖਬਰ ਨਿਕਲ ਕੇ ਆਈ, ਉਹ ਡਾਕਟਰ ਧਰਮਵੀਰ ਗਾਂਧੀ ਜਿਹੜਾ ਕਹਿ ਰਿਹਾ ਤਾ ਡੋਡੇ ਬੀਜੋ ਪੰਜਾਬ ਦੇ ਵਿੱਚ ਮੈਂ ਡੋਡੇ। ਇਹੋ ਵੀਰ ਕਹਿ ਰਿਹਾ ਕਹਾ ਵੀਰ ਮੈਂ ਕਹਾ ਆਮ ਆਦਮੀ ਪਾਰਟੀ ਮੈਂ ਆ ਜਾਵਾਂਗਾ, ਝਾੜੂ ਫੜ ਲਿਆਂਗਾ, ਪਰ ਮੇਰੀ ਇੱਕ ਬਾਤ ਸੁਣ ਲਿਓ, ਕਹਾ ਜਿਹੜੀ ਮੈਂ ਸ਼ਰਤ ਕਹਿ ਰਿਹਾ ਵਾਹ ਸ਼ਰਤ ਮੰਨ ਲਿਓ, ਵਾਹ ਸ਼ਰਤ ਜਦ ਹੋ ਗਈ ਪੂਰੀ ਫਿਰ ਕਹਾ ਮੈਂ ਵੀਰ ਆਮ ਆਦਮੀ ਪਾਰਟੀ ਵਾਲਾ ਬਣ ਜਾਵਾਂ। ਪਰ ਵੀਰ ਸ਼ਰਤ ਬਹੁਤ ਕਮਾਲ ਕੀ ਰੱਖਦੀ, ਉਹ ਤਾਂ ਸ਼ਰਤ ਵੈਸੇ ਹੀ ਪੂਰੀ ਹੋ ਜਾਣੀ ਯਾਰ। ਤੁਹਾਨੂੰ ਪਤਾ ਵੀ ਇਹ ਡਾਕਟਰ ਧਰਮਵੀਰ ਗਾਂਧੀ ਨੇ ਵੀ ਇਕੱਲੇ ਨੇ ਵੀ ਜ਼ੋਰ ਮਾਰ ਕੇ ਬਥੇਰਾ ਦੇਖ ਲਿਆ, ਰਿਕਸ਼ਿਆਂ ਵਾ ਬਹਿ ਬਹਿ ਕੇ ਬਥੇਰਾ ਪ੍ਰਚਾਰ ਕਰਕੇ ਦੇਖ ਲਿਆ, ਪਰ ਵੀਰ ਹੱਥ ਪੱਲੇ ਪਿਆ ਨਹੀਂ ਕੁਛ। ਰਾਣੀ ਨੇ ਵੀਰ ਹਰਾ ਕਾ ਐਸਾ ਹਰਾਇਆ ਵੀਰ ਲੱਭਿਆ ਨਹੀਂ ਮੁੜਕਾ ਡਾਕਟਰ ਧਰਮਵੀਰ ਗਾਂਧੀ। ਨਹੀਂ ਦੇਖ ਲਿਓ ਪਹਿਲਾਂ ਜਦ ਵਿਧਾਨ ਸਭਾ 'ਚ ਲੋਕ ਸਭਾ ਵੋਟਾਂ ਹੋਈਆਂ ਤੇ ਵੀਰ ਮਾਰੇ ਤਾਂ ਪਿੰਡ ਵਾਲਿਆਂ ਨੂੰ ਪਤਾ ਹੀ ਹੁੰਦਾ ਵੀ ਖੜਿਆ ਕੌਣ ਕਾ ਜੀ, ਝਾੜੂ ਨੂੰ ਪਾਣੀ ਝਾੜੂ ਨੂੰ ਪਾਤੀ ਕਾ, ਪਤਾ ਨਹੀਂ ਕੌਣ ਖੜਿਆ, ਜਿਹੜਾ ਖੜਾ ਜਿੱਤ ਜਾਏਗਾ ਉਹ ਤੋਂ ਬਾਅਦ ਮੈਂ ਪਤਾ ਲੱਗ ਵੀ ਉਹ ਤੋਂ ਡਾਕਟਰ ਧਰਮਵੀਰ ਗਾਂਧੀ ਜਿੱਤ ਗਿਆ। ਇਸ ਕਰਕੇ ਵੀਰ ਕਰੇ ਇਹ ਯੋ ਬੜਾ ਚੱਕਰ ਪੈ ਗਿਆ। ਡਾਕਟਰ ਧਰਮਵੀਰ ਗਾਂਧੀ ਕਹਿ ਰਿਹਾ ਕਹਾ ਵੀਰ ਮੇਰੀ ਤਾਂ ਸ਼ਰਤ ਯੋ ਹੈ, ਕਹਾ ਬਈ ਇਹੋ ਮਤਲਬ ਪਹਿਲੀ ਸ਼ਰਤ ਆਮ ਆਦਮੀ ਪਾਰਟੀ ਸੂਬੇ ਦੇ ਵਿੱਚ ਮੈਂ ਵੱਧ ਰਹੀ ਅਧਿਕਾਰ, ਜਿਹੜਾ ਵੱਧ ਅਧਿਕਾਰ ਵਾ ਕਿਸੇ ਹੋਰ ਬੰਦੇ ਨੂੰ ਦੇ ਨਹੀਂ ਸਕਦੀ। ਇਹੋ ਜਿਸ ਤਰ੍ਹਾਂ ਦਿੱਲੀ ਵਾਲੇ ਭਈਏ ਭੂਈਏ ਜੇ ਆਕਾਰ ਉਹ ਪਾਉਣ ਲੱਗ ਗਏ ਤੇ ਆਪਣੇ ਪੰਜਾਬੀਆਂ ਵਾ ਉਹ ਕੰਮ ਕਾ ਮਾਨੂੰ ਪਸੰਦ ਨਹੀਂ ਕਹਾ। ਇਸੀ ਕਰਕੇ ਕਹਾ ਚਾਹੇ ਪੰਜਾਬ ਦੇ ਵਿੱਚ ਮੈਂ ਜਿਤਨੀਆਂ ਪਾਰਟੀਆਂ ਕਹਾ ਜੋ ਬੰਦੀਆਂ ਬਣੀਆਂ ਇਸੀ ਕਰਕੇ ਬਣੀਆਂ, ਕਹਾ ਇਹਨਾਂ ਨੇ ਕਹਾ ਆਪਣੇ ਲੰਬੜਦਾਰ ਦੀਦੀ 'ਤੇ ਲਿਆ ਲਿਆ ਕਾ ਲਾ ਤੇ ਉਰੇ ਲੰਬੜਦਾਰ ਆਪਣੀ ਛੱਡੇ ਤੇ ਮਾਰੇ ਬੰਦੇ ਹੋਰ ਵਾਹ ਹੋਰ। ਇਸ ਕਰਕੇ ਜੇ ਤੋ ਕਹਾ ਬਈ ਬੰਦਾ ਲਾਇਆ ਇਹਨਾਂ ਨੇ ਪਾਵਰ ਦਈ ਪੰਜਾਬ ਵਾਲਿਆਂ ਨੂੰ, ਫਿਰ ਤੋ ਕਹਾ ਆਪਾਂ ਆ ਜਾਏਗੇ, ਨਹੀਂ ਨਹੀਂ ਆਉਂਦੇ। ਇਹ ਤਾਂ ਹੋਏ ਗਿਆ ਵੀਰ, ਉੱਧਰ ਕੇਜਰੀਵਾਲ ਵੀ ਕਹਿ ਰਿਹਾ ਕਹਾ ਵੀਰ ਇਹ ਸਭ ਤੋਂ ਵੱਧ ਅਧਿਕਾਰ ਕਹਾ ਪੰਜਾਬ ਦੇ ਵਿੱਚ ਬੰਦਿਆਂ ਦੇਣਗੇ। ਇਸ ਕਾ ਮਤਲਬ ਇਹ ਹੋ ਗਿਆ ਕਲੀਅਰ
ਵੀ ਮਤਲਬ ਡਾਕਟਰ ਧਰਮਵੀਰ ਗਾਂਧੀ ਇਵ ਆਮ ਆਦਮੀ ਪਾਰਟੀ ਮਾ ਆ ਸਕਾ, ਕਿਉਂਕਿ ਵੀਰ ਡਾਕਟਰ ਧਰਮਵੀਰ ਗਾਂਧੀ ਨੂੰ ਵੀ ਪਤਾ ਵੀ ਜੇ ਰਾਜਨੀਤਿਕ ਭਵਿੱਖ ਬਣਾਉਣਾ ਫਿਰ ਝਾੜੂ ਫੜਨਾ ਪਵੇਗਾ, ਜੇ ਝਾੜੂ ਫੜੇਗਾ ਫਿਰ ਜਾ ਕੇ ਜਿੱਤੇਗਾ, ਨਹੀਂ ਵੀਰ ਇਕੱਲੇ ਨੇ ਤਾਂ ਜ਼ੋਰ ਲਾ ਲਿਆ ਬਥੇਰਾ ਪਰ ਬਣੀ ਨਹੀਂ ਬਾਤ। ਕਾਂਗਰਸ ਵਾਲੇ ਵੀਰ ਇਹੋ ਕਹਿ ਲਓ ਜੇ ਮਤਲਬ ਦਲ ਬਦਲੂ ਵੀ ਬਣ ਗਏ ਕਾਂਗਰਸ ਵਾਲੇ ਪ੍ਰਨੀਤ ਕੌਰ ਨੂੰ ਤਲਾ ਤਾਰ ਕਾ ਕਿੱਥਾ ਗਾਂਧੀ ਨੂੰ ਟਿਕਟ ਦੇ ਦੇਣਗੇ। ਇਸਕੇ ਗੈਲ ਗੈਲ ਵੀਰ ਦੂਸਰੀ ਬਾਤ ਯੋ, ਅਕਾਲੀ ਦਲ ਵਾਲੇ ਤੋਂ ਆਪ ਵਿਚਾਰੇ ਪੈਰਾਂ ਭਾਰ ਹੋਈ ਬੈਠੇ ਵੀ ਖਾਦ ਵੋਟਾਂ ਪਵੇ ਰਕਾਦ ਆਪਾਂ ਆਪਣੇ ਲੀਡਰਾਂ ਨੂੰ ਖੜੇ ਕਰਾਂ। ਯੋ ਵੀਰ ਬੜੀ ਬਾਤ ਹੋ ਗਈ, ਕਿਉਂਕਿ ਇਸ ਤੇ ਪਹਿਲਾਂ ਵੀ ਦੇਖ ਲਿਓ ਵੀਰ ਯੋ ਫੌਜੀ ਵੀ ਖੜਾ ਕਰਿਆ ਤਾ ਇਹਨਾਂ ਨੇ, ਇਹ ਫੌਜੀ ਵੀ ਹਾਰ ਗਿਆ ਤਾਂ ਫਿਰ ਮੁੜਕਾ ਫੌਜੀ ਚਲਿਆ ਗਿਆ ਉਹਨਾਂ ਭਾਈ ਉਹ ਬ੍ਰਹਮਪੁਰਾ ਪਾਰਟੀ ਕੋਲ, ਉੱਥਾ ਬਣੀ ਜਾਗਾ ਫੌਜੀ ਦੀ ਬਾਤ, ਉੱਥਾ ਵੀ ਨਹੀਂ ਖੜਨ ਦਿਆ ਇਹਦੇ ਤੇ, ਕਹਾ ਨਾ ਫੌਜੀ ਨੂੰ ਖੜਾਉਣਾ ਨੀ ਕਹਾ ਉੱਥਾ ਕਰਨਲ ਨੂੰ। ਆ ਰਿਸ਼ੀ ਕਰਕਾ ਵੀ ਕਹਿ ਰਿਹਾ ਕਹਾ ਵੀ ਉਹ ਬਹੁਤ ਹੈਰਾਨੀ ਕੀ ਬਾਤ ਕਹਾ, ਪਹਿਲਾਂ ਮਨੀਸ਼ ਸਿਸੋਦੀਆ ਲਾਇਆ ਕਹਾ ਲੰਬੜਦਾਰੂ ਰਾ, ਪਹਿਲਾਂ ਇਸ ਤੇ ਪਹਿਲਾਂ ਸੰਜੇ ਸਿੰਘ ਨੂੰ ਲਾਇਆ, ਫਿਰ ਮਨੀਸ਼ ਲਾਇਆ, ਈਵ ਕਹਾ ਜਰਨੈਲ ਨੂੰ ਲਾਇਆ, ਚਲੋ ਜੇ ਜਰਨੈਲ ਕਹਾ ਇਹ ਮਾਰੇ ਪੰਜਾਬ ਕੇ ਸਾਹਮ ਕੇ ਚਲੇਗਾ ਫਿਰ ਤੋਂ ਜਰਨੈਲ ਕੀ ਜਰਨੈਲੀ ਕਾਇਮ, ਨਹੀਂ ਫਿਰ ਉਹ ਤਾਂ ਹੈ ਇਹਨਾਂ ਨੂੰ ਬਹੁਤ ਬੜਾ ਵਹਿਮ ਯੋ ਕਹਿ ਲਓ। ਚਲੋ ਖੈਰ ਯੋ ਲੋਕ ਇਨਸਾਫ ਪਾਰਟੀ ਦਾ ਬੈਂਸ ਇਸਨੇ ਵੀਰ ਕੱਲ੍ਹ ਪਲਾਸ ਚੱਕ ਲਿਆ, ਔਰ ਪਲਾਸ ਚੱਕ ਆ ਜਲੰਧਰ ਕੇ ਪਿੰਡ ਲੰਮਾ, ਲੰਮਾ ਕੇ ਵਿੱਚ ਮਾ ਜਾ ਕੇ ਯੋ ਕੰਮਾਂ ਕਰਤਾ, ਯੋ ਕੰਮ ਸ਼ੁਰੂ ਕਰਿਆ ਕਨੈਕਸ਼ਨ ਜੋੜ ਮੁਹਿੰਮ ਸ਼ੁਰੂ ਕਰਤੀ ਵੀਰ, ਇਹ ਲੋਕਾਂ ਕੇ ਜਿਨ੍ਹਾਂ ਕੇ ਬਿੱਲ ਨਹੀਂ ਭਰੇ ਵੇ ਲੋਕਾਂ ਨੇ ਬਿੱਲ ਨਹੀਂ ਤਾਰੇ ਇਹਨਾਂ ਕਨੈਕਸ਼ਨ ਕੱਟ ਕਾ ਚਲੇ ਗਏ, ਬਿਜਲੀ ਵਾਲੇ ਕਾ ਲੈਟ ਕੇ ਪੈਸੇ ਤਾਰੋ ਔਰ ਕਨੈਕਸ਼ਨ ਕੱਟੇ ਗਏ ਔਰ ਕਨੈਕਸ਼ਨ ਦੁਬਾਰਾ ਜੋੜ ਗਿਆ ਜਾ ਕੇ ਯੋ ਸਿਮਰ ਬੈਂਸ ਜਲੰਧਰ ਤੇ ਫਗਵਾੜੇ ਕੇ ਵਿੱਚ ਮਾ ਵੀ ਉਹ ਕਨੈਕਸ਼ਨ ਕੱਟੇ, ਉਹ ਸਾਰੇ ਕਨੈਕਸ਼ਨ ਕੱਲ ਟੈਂਪੂ ਭਰ ਕਾ ਪਲਾਸ ਲੈ ਗਾ ਕੱਲਾ ਕੱਲਾ ਜੋੜਤਿਆ ਕਨੈਕਸ਼ਨ। ਸੀਮਰ ਬੈਂਸ ਕਹਿ ਰਿਹਾ ਵੀਰ ਇਹ ਬਿਜਲੀ ਕਨੈਕਸ਼ਨ ਜੋੜੇ ਤੇ ਬਾਅਦ ਵਿਭਾਗ ਨੇ ਇਹਨਾਂ ਲੋਕਾਂ ਖਿਲਾਫ ਕਾਰਵਾਈ ਕਰੇਗਾ, ਉਸਕੀ ਜ਼ਿੰਮੇਵਾਰੀ ਕਾ ਲੋਕ ਸਭਾ ਪਾਰਟੀ ਚੱਕੇਗੀ, ਸਾਰਾ ਖਰਚਾ ਕਾ ਲੋਕ ਸਭਾ ਪਾਰਟੀ ਚੱਕੇਗੀ, ਸਾਰੇ ਜ਼ਿਲ੍ਹਿਆਂ ਵਾਂ ਲੋਕ ਸਭਾ ਪਾਰਟੀ ਆਗਮੀ ਟਾਈਮ ਕੇ ਵਿੱਚ ਵਾਂ ਬਿਜਲੀ ਜੋੜ ਕਨੈਕਸ਼ਨ ਸ਼ੁਰੂ ਕਰੇਗੀ ਵੀਰ। ਇਹੋ ਕਹਿ ਲਓ ਕਨੈਕਸ਼ਨ ਜੋੜ ਕਾ ਯੋ ਮਤਲਬ ਸੀਮਰ ਬੈਂਸ ਲੈਟਰ ਬੋਕਸ ਕਾ ਕਨੈਕਸ਼ਨ ਜੋੜ ਰਿਹਾ ਲੋਕਾਂ ਗੈਲ, ਲੋਕਾਂ ਨੂੰ ਪਤਾ ਵੀ ਜੇ ਲੈਟਰ ਬੋਕਸ ਮਾਂ ਪਾਵੇਂਗੇ ਕੁਛ ਤਾਂ ਹੀ ਅੱਗਾ ਸੀਮਰ ਬੈਂਸ ਆਵੇਗਾ, ਔਰ ਇਸੀ ਕਰਕੇ ਸੀਮਰ ਬੈਂਸ ਕੱਲ੍ਹ ਪਲਾਸ ਚੱਕੀ ਫਿਰ ਰਿਹਾ ਔਰ ਪਲਾਸ ਕੇ ਗੈਲ ਸਾਰੇ ਕਨੈਕਸ਼ਨ ਜੋੜਤੇ, ਯੋ ਕਨੈਕਸ਼ਨ ਜੋੜਨੇ ਕਿਆ ਲੋੜ ਤੇ ਪਹਿਲਾਂ ਹੀ ਬਿੱਲ ਤਾਰ ਦਿੰਦੇ ਵੀਰ, ਇਹ ਬਿੱਲ ਤਾਰੇ ਹੁੰਦਾ ਕਨੈਕਸ਼ਨ ਤੋਂ ਬਿਜਲੀ ਵਾਲੇ ਆਪੇ ਜੋੜ ਦਿੰਦੇ, ਉਹ ਧੱਕਾ ਕਰਿਆ ਵੀਰ ਉਹ ਤੋਂ ਕਹਿ ਲਿਓ ਉਹ ਧੱਕਾ ਸਰੇਆਮ ਕਰਾਂ ਬਾਈ। ਚਲੋ ਖੈਰ ਅਗਲੀ ਖਬਰ ਸੁਣ ਲਿਓ ਵੀਰ, ਫਗਵਾੜੇ ਤੇ ਨਿਕਲ ਕੇ ਆਈ ਆਈਸਕ੍ਰੀਮ ਕਾਰੋਬਾਰੀ ਕੇ ਘਰਾਂ ਗੋਲੀਆਂ ਚੱਲੀਆਂ ਵੀਰ, ਫਗਵਾੜੇ ਕੀ ਪੁਲਿਸ ਕਹਿ ਮਹਾਨਾ ਕੇਸ ਹੱਲ ਕਰ ਲਿਆ, ਪੰਜਾਬੀ ਗਾਇਕ ਸਾਜਨ ਜੌਹਰਾ ਇਸ ਨੂੰ ਗ੍ਰਿਫਤਾਰ ਕਰ ਲਿਆ, ਔਰ ਵੀਰ ਇਹ ਥੰਮ ਕਹਿ ਰਹੇ ਹੋਣੇ ਵੀ ਉਹ ਕਿਹੜਾ ਕਲਾਕਾਰ ਸਾਜਨ ਜੌਹਰਾ, ਇਸਨੇ ਗਾਇਆ ਗਾਣਾ ਗਾ ਸਰਕਾਰ ਤਾਂ ਸਾਡੀ ਆਪਣੀ ਹੈ, ਤਾਂ ਹੀ ਵੀਰ ਗੋਲੀਆਂ ਚੱਲ ਗਈਆਂ ਜੇ ਆਪਣੀ ਤੀ, ਔਰ ਵੀਰ ਇਸੀ ਕਰਕੇ ਇਸਕੇ ਗਾਣੇ ਪਾਕਿਸਤਾਨ ਮਾ ਬਹੁਤ ਚਲਾਂ, ਯੋ ਪਾਕਿਸਤਾਨ ਮਾ ਰਹਾ ਭਾਰਤ ਮੈਂ ਗਾਣੇ ਪਾਕਿਸਤਾਨ ਮੈਂ ਚਲਾ, ਇੱਕ ਤੋਂ ਯੋ ਬੜੀ ਹੈਰਾਨੀ ਕੀ ਬਾਤ, ਦੂਸਰੀ ਬਾਤ ਯੋ ਕਹਾ ਸਰਕਾਰ ਸਾਡੀ ਆਪਣੀ ਵੀ ਜੇ ਥਾਰੀ ਸਰਕਾਰ ਫਿਰ ਗੋਲੀਆਂ ਥੋੜੀ ਚਲਾਵੇ ਵੀਰ ਥੰਮ ਹੈ, ਆਰ ਗਾਇਕ ਕੇ ਉੱਪਰ 307 336 25 24 ਆਰਮਰ ਐਕਟ ਕੀ ਧਾਰਾ ਲਾਗਾ ਪੁਲਿਸ ਵਾਲਿਆਂ ਦੇ ਅੰਦਰ ਹੀ ਵੀਰ ਇਸਕੇ ਪੁੱਛ ਪੜਤਾਲ ਕਰੇਂਗੇ, ਔਰ ਤੁਹਾਨੂੰ ਦੱਸਾਂ ਵੀ 28 ਤਰੀਕ ਨੂੰ ਰਾਤ ਨੂੰ ਅਣਪਛਾਤੇ ਬੰਦੇ ਯੋ ਸ਼ਹਿਰ ਕੀ ਪਾਸ ਕਲੋਨੀ ਮਾਂ ਗੋਬਿੰਦ ਨਗਰ ਮਾਂ ਆਈਸਕ੍ਰੀਮ ਵਿਕਰੇਤਾ ਰਵੀ ਸਾਵਨੀ ਕੇ ਘਰਾਂ ਜਾ ਕੇ ਗੋਲੀਆਂ ਚਲਾਇਆ ਜਾ ਕੇ ਵੀਰ, ਅੰਨੇ ਵਾਹ ਫਾਇਰਿੰਗ ਕਰੀ, ਔਰ ਕਹਿ ਲਓ ਵੀ ਧਾਰਾ 336 25 27 54 ਆਰਮਰ ਐਕਟ ਕੇਸ ਦਰਜ ਕਰਿਆ ਤਾ ਪੁਲਿਸ ਨੇ ਜਾਂਚ ਕਰੀ ਆ, ਪੁਲਿਸ ਵਾਲੇ ਕਹਿੰਦੇ ਫੜ ਲਿਆ ਬਾਈ ਫੜ ਲਿਆ ਫੜ ਲਿਆ, ਔਰ ਵੀਰ ਯੋ ਕਹਿ ਲਓ ਵੀ ਯੋ ਮਤਲਬ ਪੁਲਿਸ ਵਾਲੇ ਇਹ ਕਲਾਕਾਰ ਤੇ ਅੰਦਰ ਬਹਿ ਕੇ ਨਾਲੇ ਸੁਣੇ ਕਰੇਂਗੇ ਗਾਣੇ, ਨਾਲੇ ਕਰੇਂਗੇ ਇਸ ਮਾਮਲੇ ਕੀ ਤਬਦੀਸ, ਯੋ ਤਬਦੀਸ ਵੀ ਹੋਵੇਗੀ ਨਾਲੇ ਗਾਣੇ ਵੀ ਸੁਣੇਗੇ, ਯੋ ਦੋ ਕੰਮ ਹੋ ਗਏ ਵੀਰ, ਔਰ ਯੋ ਕੱਲ੍ਹ ਵੀ ਅਗਲੀ ਖਬਰ ਸੁਣ ਲਿਓ ਵੀਰ, ਜਿਹੜੀ ਅਗਲੀ ਖਬਰ ਵੀ ਬੜੇ ਕਮਾਲ ਕੇ ਨਿਕਲ ਗਈ, ਯੋ ਬਾਪੂ ਪ੍ਰਕਾਸ਼ ਬਾਦਲ ਕਾ ਛੋਕਰਾ ਸੁਖਬੀਰ ਬਾਦਲ ਕਹਿ ਰਿਹਾ ਕਹਾ ਯੋ ਫੌਜਦਾਰੀ ਕੇਸ ਕਰੂਗਾ ਜਿਹੜੇ ਪੁਲਿਸ ਵਾਲੇ ਡਾਂਗਾ ਭੜਕਾਈਆਂ ਕਹਾ ਯੋ ਯੋ ਅਫਸਰ ਯੋ ਅਧਿਆਪਕਾਂ ਦੇ ਉੱਪਰ ਕਹਾ ਫੌਜਦਾਰੀ ਕੇਸ ਬਣਾ ਕਹਾ ਆਪਣੇ ਲੰਬੜਦਾਰ ਨੂੰ ਖੁਸ਼ ਕਰਨ ਕਹਾ ਤਾ ਵੈਸੇ ਢੰਗ ਵਾਲੇ ਡਾਂਗਾ ਚਲਾਈਆਂ ਸੋਟੇ ਚਲਾਏ ਇਹਨਾਂ ਨੇ ਕਹਾ ਬੰਦੇ ਵਾਲੀ ਬਾਤ ਥੋੜੀ ਬਣਾ ਕਹਾ ਹੈ, ਕਹਾ ਯੋ ਮਤਲਬ ਯੋ ਮਤਲਬ ਅਧਿਆਪਕਾਂ ਨੂੰ ਇਤਨਾ ਕੁੱਟਿਆ ਬੇਰੁਜ਼ਗਾਰਾਂ ਨੂੰ ਕਹਾ ਦੱਸੋ ਕਹਾ ਯੋ ਰਾਜੇ ਕੇ ਰਾਜ ਮਾਂ ਕਿਆ ਹੋ ਰਿਹਾ ਕਹਾ ਰਾਜੇ ਕੇ ਰਾਜ ਮਾਂ ਅੰਗਰੇਜ਼ਾਂ ਵਾਲਾ ਰਾਜ ਹੋ ਗਿਆ ਕਹਾ ਹੈ, ਮਾਰੀ ਸਰਕਾਰ ਆਉਣ ਦਿਓ ਕਹਾ ਦੇਖਿਓ ਫਿਰ ਬਣਦਾ ਗਿਆ
यो फिर इनकी सरकार में भी देख लियो भी ज्यादा कैप्टन अमरिंदर की सरकार थे पहला यो बादलों की सरकार हुए करते ईटीटी वाले तो जद भी खुश नहीं थे फिर जद भी बड़े पेट्रोल पापा का टैंकियां में छाला मारे करते अग ला ला का बेचारे आर सिकंदर मलूका तो वीर चपेड़ा ही छड़ दे करता चलो बंदे के मारे तो बारी वाह तो वीर कुड़िया के भी चपेड़ा मार दे करता जिड़िया ईटीटी भेन जी करते चलो पिछा का आ गया धरने देन मारे यो कह लो ईब बापू प्रकाश बादला छोकरा कह रहा का यो जेड़े बंदा वा केस करे ना का यो राजे ने का तुरंत वापस करो केस का आर एसपी सिटी आर पुलिस अफसर जिन्होंने हमले में शामिल का फौजदारी केस दर्ज कर का हमले के हुक्म देने की कार्रवाई जिन्हें करेगा इसके ऊपर भी का करोगा केस का पता लगेगा टेंट पास भर्ती करनी नहीं कहा वहीं का डांगा भड़काई जाए इनके ऊपर कुट कुट का मोड़ से जाते इनके कहा बन जाने बात थोड़ी बना भीर चलो खैर आर भीर उधर यो कह लो भी ट्रैक्टर ट्रैली बंद कर रहे भारत भूषण आसू ने एक होर नवा आर्डर कटता कहा भी ट्रैक्टर ट्रैलियां जेड़े लई फिर रहे रोडा के ऊपर कहा बंद कराओ इनके कहा जू चक्की फिर ट्रक ऑपरेटर यूनियन वाले गए कहा जी मारे तो का ट्रक खड़े जंग लागे नू ना कोई माल ढो इनके बिच में ट्रैक्टर ट्रैली वाले कहा 10 रुपये रेट का कहा ट्रेड कर का ले जा माल चक हमारे बंदे बैठे देखी जा और इसी करका भीर यो पंजाब हरियाणा हाईकोर्ट ने तो ऑर्डर कराया कहा ट्रैक्टर ट्रैलियां तो कमर्शियल वाहन बनाए हुए जिन्होंने कहा इन्होंने चाखा दो अंदर जो तो खेतीबाड़ी काम वास्ता का ट्रैक्टर ट्रैली रोड पावेगा जो यो खेता खुता काम वास्तर हर ट्रैक्टर ट्रैली बकायदा फीस जिसने भरी हुई कमर्शियल परमिट लिया वा टू हटवाई वाह कर सका कहा जिसमें परमिट है नहीं हुई दबी फिर रहा कहा चक अंदर दो ई फिर यो कहला भारत भूषण कह रहा पुलिस वाले कर रहे कैम ई नाके लगे जितने ट्रैक्टर ट्रैली वाले फिर रहे रोड़ा बताओड़े यो सब चाका कहा देंगे अंदर फिर आवेगा इन्होंने कल फिर पता लगेगा चलो खैर हर भीर इसके गल का ड्रग फैक्ट्री मामले में 14 बंदे पुलिस ने चाका दे अंदर एक कलाकार भी चक्या फिर कलाकार भी बहुत कम कर लगे ड्रग का यो कह लो फिर यो अंबरसर में 194 किलो फड़ी 14 बंदे अकाली बंदा फड़िया एक तो एक फिल्मी कलाकार यो मनतेज मान यो भी चाका दे अंदर और कांग्रसी कौंसलर का मुंडा जेड़ा साहिल शर्मा यो भी दिया अंदर यो कह लो भीर यो पणता का छोकरा भी अंदर अकाली नेता भी अंदर और यो मतलब मनतेज मान जिमीदार का छोकरा यो भी अंदर यो अंदर बहगा नाले मनतेज मान ते सुने करेंगे फिल्मी डायलॉग और नाले बातें होए करेंगी एक पासा अकाली नेता बह जाए करेगा एक पासे कांग्रसी और मनतेज मान का चले करेगा खाड़ा उठा यो कह लो फिर यो अच गया बड़िया खबर निकल गई और खबर देखनिया सुनिया पढ़निया आज हमारे चैनल आज न्यूज आले के उपर और कनेडियन गबरू के उपर इव सारे नु मेरे प्यार भरी सत श्री अकाल की तुसी परेशान हो व्यर्थ च इधर उधर ना पटको सही जगह संपर्क करो ज्योतिष विद्या दे सम्राट पंडित शिव दयाल जी परेशानी जिमे प्रेमी प्रेमिका च झगड़ा लव मैरिज विदेश च पक्का होना बीमारी च दवा ना लगना धोखेबाज प्रेमी प्रेमिका कर्जा मुक्ति का विशेष हल जानो वशीकरण करवाओ मन चाहा प्यार पाओ प्यार विच धोखा खा चुके प्रेमी प्रेमिका एक बार जरूर संपर्क करो मैं तुहाडा प्यार नहीं टुटन देवांगा संपर्क करो 98154 13896